ਕਿਸਾਨੀ ਅੰਦੋਲਨ ਦੌਰਾਨ ਲਗਾਤਾਰ ਸੰਘਰਸ਼ ਜਾਰੀ ਹੈ। 19ਵੇਂ ਦਿਨ ਦੇ ਵਿੱਚ ਜਿਹੜਾ ਇਹ ਅੰਦੋਲਨ ਸ਼ਾਮਿਲ ਹੋਇਆ ਤਾਂ ਕੀ ਕੁਝ ਹਾਲਾਤ ਰਹਿਣੇ, ਕਿਉਂਕਿ ਸਿੱਧੇ ਤੌਰ ਦੇ ਉੱਪਰ ਕਈ ਨੌਜਵਾਨ ਆਗੂ ਜਿਹੜੇ ਨੇ ਉਹ ਪਹੁੰਚ ਰਹੇ ਆ ਫਿਰ ਦੇ ਵਿੱਚ। ਲੱਖਾ ਸਿਧਾਣਾ ਨੇ, ਭਾਨਾ ਸਿੱਧੂ ਹੈ, ਔਰ ਪਿਛਲੇ ਅੰਦੋਲਨ ਦੌਰਾਨ ਵਾਟਰ ਕੈਨਨ ਮੋਲਣ ਵਾਲੇ ਨਵਦੀਪ ਸਿੰਘ ਵੀ ਪਹੁੰਚਿਆ, ਔਰ ਕੀ ਕੁਝ ਹਾਲਾਤ ਨੇ, ਕਿਉਂਕਿ ਹਰਿਆਣਾ ਪ੍ਰਸ਼ਾਸਨ ਜਿਹੜਾ ਲਗਾਤਾਰ ਜ਼ੋਰਾਂ ਸ਼ੋਰਾਂ 'ਤੇ ਹੈ, ਔਰ ਕੀ ਕੁਝ ਉਹਨਾਂ ਦਾ ਅਗਲੀ ਕਾਰਵਾਈ ਹੈ ਜਾਂ ਫਿਰ ਕਹਿ ਲਈਏ ਜਿਸ ਤਰੀਕੇ ਨਾਲ ਉਹਨਾਂ ਦੀ ਤਿਆਰੀ ਹੈ, ਕਿਉਂਕਿ ਜਿਸ ਤਰੀਕੇ ਨਾਲ ਤੰਬੂ ਲਾਏ ਹੋਏ ਉਹਨਾਂ ਨੇ ਵੀ ਮੁਸਤੈਦ, ਔਰ ਇੱਧਰੋਂ ਕਿਸਾਨ ਜਿਹੜੇ ਆਗੂ ਨੇ ਉਹ ਵੀ ਮੁਸਤੈਦ ਨੇ। ਤਾਂ ਨਵਦੀਪ ਵਾਟਰ ਕੈਨਨ ਵੀ ਜਿਹੜਾ ਮੋੜਨ ਵਾਲੇ ਇੱਥੇ ਪਹੁੰਚੇ, ਉਹਨਾਂ ਦੇ ਪਿਤਾ ਜੀ ਵੀ ਲੰਘੇ ਲੰਮੇ ਸਮੇਂ ਤੋਂ ਇੱਥੇ ਅੰਦੋਲਨ ਦੇ ਵਿੱਚ ਜ਼ੋਰਦਾਰ ਜਿਹੜੇ ਉਹ ਪਾ ਰਹੇ ਸੀਗੇ। ਲੈ ਹੁਣ ਗੱਲਬਾਤ ਕਰਾਂਗੇ ਔਰ ਕੀ ਕੁਝ ਜਿਹੜਾ ਕਹਿਣਾ, ਕਿਉਂਕਿ ਇੱਕ ਵਾਰ ਇਕੱਠ ਜ਼ਰੂਰ ਦਿਖਾਵਾਂਗੇ ਉੱਪਰ ਤਸਵੀਰਾਂ ਰਾਹੀਂ ਕੀ ਕੁਝ ਹਾਲਾਤ ਨੇ, ਕਿਉਂਕਿ ਜਿਸ ਤਰੀਕੇ ਦੇ ਨਾਲ ਗੱਲਬਾਤ ਜਿਹੜਾ ਬਣਦੀ ਹੈ ਤਾਂ ਹੁਣ ਲਗਾਤਾਰ ਜਿਹੜੇ ਲੋਕ ਨੇ ਉਹ ਵੀ ਮੁਸ਼ਕਤ ਕਾਰਨ ਕਿ ਅੰਦੋਲਨ ਨੂੰ ਅੱਗੇ ਵਧਾਇਆ ਜਾਵੇ। ਤਾਂ ਅੰਦੋਲਨ ਵਧਾਉਣ ਦੇ ਨਾਲ ਜਿੱਥੇ ਕਾਰਵਾਈ ਪੈਂਦੀ ਹੈ ਤਾਂ ਅੰਦੋਲਨ ਦੇ ਜਿਹੜੀ ਉੱਪਰ ਕਾਰਵਾਈ ਦੀ ਜੇਕਰ ਗੱਲ ਕਰੀਏ ਤਾਂ ਉਸ ਤੋਂ ਉੱਪਰ ਜਿਹੜਾ ਸੰਘਰਸ਼ ਹੈ ਉਹ ਲਗਾਤਾਰ ਵੱਧਦਾ, ਕਿਉਂਕਿ ਸਾਰੇ ਪਾਸੇ ਜਿੱਥੇ ਤੱਕ ਦੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਉਹ ਪਹੁੰਚੇ ਹੋਏ ਨੇ, ਵੱਡੀ ਗਿਣਤੀ ਜਿਹੜੀ ਹੈ ਤਾਦਾਦ ਵਿੱਚ ਲੋਕ ਪਹੁੰਚੇ ਹੈ, ਔਰ ਨਾਲ ਦੀ ਨਾਲ ਇਹ ਵੀ ਗੱਲ ਜਿਸ ਤਰੀਕੇ ਨਾਲ ਦੱਸਦੀ ਕਿ ਜਿਸ ਤਰੀਕੇ ਨਾਲ ਲੋਕਾਂ ਦਾ ਇਕੱਠ ਹੈ ਤਾਂ ਲੋਕਾਂ ਦੇ ਵਿੱਚ ਵੀ ਜਿਹੜਾ ਉਤਸ਼ਾਹ ਲੱਗਿਆ ਹੋਇਆ ਦਿਸਦਾ, ਕਿਉਂਕਿ ਸਿੱਧੇ ਤੌਰ ਦੇ ਉੱਪਰ ਜੇਕਰ ਗੱਲ ਕਰੀਏ ਤਾਂ ਜਿਹੜੇ ਲੋਕ ਨੇ ਉਹ ਵੀ ਕਿਸਾਨੀ ਨੂੰ ਪਿਆਰ ਕਰਦੇ ਹੋਏ ਅੱਗੇ ਪਹੁੰਚੇ ਨੇ, ਕਿਉਂਕਿ ਜਿਸ ਤਰੀਕੇ ਦੇ ਮਾਹੌਲ ਬਣਿਆ ਹੋਇਆ ਲੋਕਾਂ ਦੇ ਵਿੱਚ ਤਿੰਨੇ ਬਾਰਡਰਾਂ ਦੇ ਰਾਹੀਂ ਪਹੁੰਚਣ ਦੇ ਐਲਾਨ ਨੇ, ਫਿਰ ਚਾਹੇ ਉਹ ਸ਼ੰਭੂ ਬਾਰਡਰ ਹੋਵੇ, ਡੱਬ ਵਾਲੀ ਬਾਰਡਰ ਹੋਵੇ ਜਾਂ ਖਨੌਰੀ ਬਾਰਡਰ ਹੋਵੇ, ਤਾਂ ਹਾਲਾਤ ਜਿਹੜੇ ਨੇ ਉਹ ਵੀ ਦੇਖ ਸਕਦੇ ਹਾਂ, ਕਿਉਂਕਿ ਜਿਸ ਤਰੀਕੇ ਦੇ ਨਾਲ ਲੋਕ ਜਿਹੜੇ ਨੇ ਉਹ ਪਹੁੰਚਦੇ ਨੇ, ਕਾਫੀ ਵੱਡੀ ਤਾਦਾਦ ਦੇ ਵਿੱਚ ਜਿਹੜੇ ਲੋਕ ਨੇ ਉਹ ਵੀ ਅੱਗੇ ਵੱਧਦੇ ਨਜ਼ਰ ਆਉਂਦੇ ਨੇ, ਤਾਂ ਉਸ ਦੇ ਵਿੱਚ ਜਿਹੜਾ ਖਾਸ ਜਿਹੜਾ ਕਾਰਨ ਹੈ, ਖਾਸ ਜਿਹੜਾ ਜਿਹੜੇ ਮੀਨਿੰਗ ਹੈ ਜਾਂ ਫਿਰ ਕਹਿ ਲਈਏ ਆਧਾਰ ਨੇ। ਤਾਂ ਨਵਦੀਪ ਭਾਈ ਕਿਸ ਤਰੀਕੇ ਨਾਲ ਦੇਖਦੇ ਹੋ ਸਾਰਾ, ਕਿਉਂਕਿ ਉਹਨਾਂ ਨੇ ਹਰਿਆਣਾ ਪ੍ਰਸ਼ਾਸਨ ਨੇ ਵੀ ਕਹਿਤਾ NSA ਵੀ ਲਾਵਾਂਗੇ, ਔਰ ਹੁਣ ਇਹ ਵੀ ਕਹਿਤਾ ਪਾਸਪੋਰਟ ਰੱਦ ਕੀਤੇ ਜਾਣ? ਮੇਰੇ ਵੱਲੋਂ ਜਿੰਨੀ ਮਰਜ਼ੀ ਲਾ ਲਓ, ਅਸੀਂ ਨਾ ਤੁਹਾਡੇ ਤੋਂ ਹਾਰਦੇ ਹਾਂ ਨਾ ਤੁਹਾਡੇ ਤੋਂ ਡਰਦੇ ਹਾਂ। ਮੇਰੀ ਕੱਲ੍ਹ ਵਕੀਲ ਨਾਲ ਗੱਲ ਹੋਈ ਸੀ, ਕਹਿੰਦਾ 3 ਪਰਚੇ ਪਏ ਨੇ ਇਹਨਾਂ ਨੇ ਦੇਸ਼ ਦਰੋਹ ਦੇ ਮੇਰੇ ਤੇ, ਹੈ ਨਾ, ਜਿੰਨੇ ਮਰਜ਼ੀ ਪਾ ਲਓ, ਸਾਨੂੰ ਪਤਾ ਅਸੀਂ ਆਪਣੇ MSP ਦੇ ਗਰੰਟੀ ਕਾਨੂੰਨ ਪਿੱਛੇ ਆਏ ਹਾਂ, ਸੱਚ ਹੱਕ ਦੀ ਮੰਗਾਂ ਪਿੱਛੇ ਆਏ ਹੋਏ ਹਾਂ, ਸਾਡੇ ਅੰਡਰ ਸਾਡੇ ਗੁਰੂਆਂ ਦੇ ਜਜ਼ਬੇ ਨੇ, ਠੀਕ ਹੈ, ਤੁਸੀਂ ਸਾਨੂੰ ਨਾ ਡਰਾ ਸਕਦੇ ਹੋ ਨਾ ਹਰਾ ਸਕਦੇ ਹੋ, ਤੁਸੀਂ ਸਾਡੇ ਮੁੰਡੇ ਵੀ ਸ਼ਹੀਦ ਕਰਕੇ ਦੇਖ ਲਏ, ਪਰ ਤੁਸੀਂ ਦੇਖਦੇ ਹੋ ਇੱਥੇ ਵੀ ਹਾਂ ਵੀ ਕੋਈ ਜਜ਼ਬੇ 'ਚ ਕਮੀ ਹੈਗੀ ਆ, ਤੁਸੀਂ ਇੱਕ ਸ਼ੁਭਕਰਨ ਮਾਰਿਆ ਸੀ, ਅੱਜ ਹਜ਼ਾਰਾਂ ਸ਼ੁਭਕਰਨ ਫਿਰ ਬਾਰਡਰਾਂ 'ਤੇ ਤਿਆਰ ਖੜੇ ਨੇ, ਪਿੱਛੇ ਨਹੀਂ ਹਟਦੇ ਯਾਰ, ਹਾਰ ਕੇ ਨਹੀਂ ਮੁੜਦੇ, ਜਿੱਤ ਕੇ ਜਾਵਾਂਗੇ। ਨਵਦੀਪ ਦਾ ਪਿਛਲਾ ਵੀ ਯੋਗਦਾਨ ਵੱਡਾ ਰਿਹਾ ਸੀ, ਹੁਣ ਫਿਰ ਪਿਓ ਪੁੱਤ ਦੋਵੇਂ ਡਟੇ ਹੋਏ ਆ ਮੋਰਚੇ 'ਤੇ, ਤਾਂ ਅਗਲੀ ਰਣਨੀਤੀ ਕੀ? ਰਣਨੀਤੀ ਦੇਖੋ, ਲੀਡਰਾਂ ਨਾਲ ਰਲ ਕੇ ਚੱਲਦੇ ਹਾਂ, ਨਵਦੀਪ ਨੇ ਅੰਦੋਲਨ ਨਹੀਂ ਬਾਬੂ ਜੀ ਖੜੇ ਕਰਿਆ, ਹੈ ਨਾ, ਪਹਿਲਾਂ ਵੀ ਅਸੀਂ ਲੀਡਰਾਂ ਨਾਲ ਹੀ ਰਲ ਕੇ ਚੱਲੇ ਹਾਂ, ਅਸੀਂ 2.5 ਸਾਲ ਤੋਂ ਮਿਹਨਤ ਕਰਨ 'ਤੇ ਲੱਗੇ ਹੋਏ, 5 ਪਰਜੇ ਪਹਿਲਾਂ ਨੇ ਮੇਰੇ ਇਸ ਅੰਦੋਲਨ ਦੇ ਕਦੇ ਚੰਡੀਗੜ੍ਹ ਜਾਣ ਦੇ ਇਹਨੇ ਮੰਗਾਂ ਨੂੰ ਲੈ ਕੇ, ਹੈ ਨਾ, ਅਤੇ ਹਮੇਸ਼ਾ ਲੀਡਰਾਂ ਨਾਲ ਰਲ ਕੇ ਚੱਲੇ, ਜਿਵੇਂ ਵੀ ਉਹ ਕਹਿਣਗੇ ਕੱਲ੍ਹ ਨੂੰ ਸਾਡੀ ਨਾਲ, ਦੇਖੋ ਬਾਬਾ ਜੀ ਉਦਣ ਵੀ ਤਿਆਰੀ ਫੁੱਲ ਸੀ, 21 ਤਰੀਕ ਨੂੰ ਅੱਜ ਵੀ ਤਿਆਰੀ, ਪੈਓ ਕਲੈਨ ਵੀ ਇੱਥੇ ਨੇ, ਜਿਵੇਂ ਉਹ ਕਹਿਣਗੇ ਸਾਨੂੰ ਉਵੇਂ ਕਰਾਂਗੇ, ਜਿਵੇਂ ਉਹ ਕਹਿਣਗੇ ਇੱਥੇ ਅੰਦੋਲਨ ਲੜਨਾ ਇੱਥੇ ਲੜਾਂਗੇ, ਅਤੇ ਅੱਗੇ ਆਲਾ ਲੜਨਾ ਅਤੇ ਅੱਗੇ ਆਲਾ ਲੜਾਂਗੇ। ਲਗਾਤਾਰ ਮੋੜੇ ਅੰਦੋਲਨ ਦੇ ਵਿੱਚ ਅਤੇ ਹੁਣ ਹਾਲਾਤ ਜਿਹੜੇ ਨੇ ਫਿਰ ਉਹੀ ਬਣੇ ਹੋਏ ਆ, ਤਾਂ ਹੁਣ ਕੀ ਅਗਲੀ ਰਣਨੀਤੀ ਜਿਸ ਤਰੀਕੇ ਨਾਲ ਲੀਡਰਾਂ ਨਾਲ ਲੈ ਕੇ ਤਰਨਾ, ਕਿਉਂਕਿ ਲੀਡਰ ਵੀ ਇਹ ਕਹਿ ਰਹੇ ਵੀ ਨੌਜਵਾਨਾਂ ਦਾ ਬੜਾ ਸਹਿਯੋਗ ਹੈ, ਲੋਕ ਬੜਾ ਧਿਆਨ ਨਾਲ ਕਰਨ, ਤਾਂ ਲੋਕਾਂ ਨੂੰ ਕੀ ਸੰਦੇਸ਼ ਹੈ? ਲੋਕਾਂ ਨੂੰ ਸੰਦੇਸ਼ ਦਿੰਦੇ ਹਾਂ, ਬਾਬਾ ਜੀ ਤੁਹਾਡੀ ਰੋਟੀ ਦੀ ਲੜਾਈ ਲੜ ਰਹੇ ਹਾਂ, MSP ਅਸੀਂ ਕੀ ਮੰਗ ਰਹੇ ਹਾਂ ਤੁਹਾਡੇ ਤੋਂ, ਇੱਕ ਮਿਨੀਮਮ ਪ੍ਰਾਈਜ਼ ਮੰਗ ਰਹੇ ਹਾਂ ਸਾਡੀ ਫਸਲਾਂ ਦਾ ਭਾਅ, ਜੇ ਸਾਡੇ ਦੇ ਕਰਜ਼ੇ ਅੱਜ ਤੁਸੀਂ ਕਹਿੰਦੇ ਹੋ ਨਾ, ਤੁਸੀਂ ਵੱਡੀਆਂ ਗੱਡੀਆਂ ਲੈ ਕੇ ਘੁੰਮਦੇ ਹੋ, ਤੁਸੀਂ ਫੋਰਚੂਨਰਾਂ 'ਤੇ ਘੁੰਮਦੇ, ਅਤੇ ਬਾਬਾ ਜੀ ਉਹਨਾਂ ਦੀ ਅਸੀਂ ਕਿਸ਼ਤਾਂ ਭਰਦੇ ਹਾਂ, ਸਾਨੂੰ ਸਾਡੇ ਟਰੈਕਟਰਾਂ 'ਤੇ ਸਾਡੇ ਗੱਡੀਆਂ 'ਤੇ ਕੋਈ ਸਬਸਿਡੀ ਨਹੀਂ ਸਰਕਾਰ ਸਾਨੂੰ ਦਿੰਦੀ, ਅਸੀਂ ਦਿਨ ਰਾਤ ਮਿਹਨਤ ਕਰਦੇ ਹਾਂ ਅਤੇ ਉਹਨਾਂ ਦੀਆਂ ਕਿਸ਼ਤਾਂ ਭਰਦੇ ਹਾਂ, ਪਰ ਤੁਸੀਂ ਸਾਨੂੰ MSP ਨਹੀਂ ਦਿੰਦੇ। ਹੁਣ ਮੇਰੀ ਜਿਵੇਂ ਆਪਣਾ ਆਲੂ ਆ ਬਾਬਾ ਜੀ, ਹੈ ਨਾ, ਆਲੂ ਮੇਰੇ ਆਲੂ ਦੇ ਮੇਰੀ 20 ਰੁਪਏ ਲਾਗਤ ਆ ਰਹੀ ਆ, ਅਤੇ ਰੇਟ ਮੇਰਾ ਕਿੰਨਾ ਮਿਲ ਰਿਹਾ? ਮੈਨੂੰ 9 ਰੁਪਏ 7 ਰੁਪਏ, ਉਹ ਜਿਹੜਾ 11 ਰੁਪਏ ਦਾ ਗੈਪ ਪੈ ਰਿਹਾ, ਉਹੀ ਤਾਂ ਮੇਰੇ 'ਤੇ ਕਰਜ਼ਾ ਚੜ੍ਹ ਰਿਹਾ, ਉਸੇ ਕਰਜ਼ਾ ਮੁਕਤੀ 'ਤੇ ਅਸੀਂ ਗੱਲ ਕਰ ਰਹੇ ਹਾਂ।
ਹੁਣ ਜੇ ਇਹਨਾਂ ਨੂੰ ਲੋਕਾਂ ਨੂੰ ਪਤਾ ਹੋਵੇ ਵੀ ਕਿਸਾਨ ਤੋਂ ਇਹਨਾਂ ਨੇ 15 ਨੂੰ ਖਰੀਦੇ ਇੱਕ ਪ੍ਰਾਈਜ਼ ਫਿਕਸ ਕਰੇ ਸਰਕਾਰ, ਹੈ ਨਾ, ਤੇ ਕੱਲ ਨੂੰ ਵਪਾਰੀ ਇਹਨਾਂ ਨੂੰ 100 ਨੂੰ ਵੇਚੂਗਾ, ਕੋਈ ਆਮ ਲੋਕ ਵੀ ਕਹਿਣਗੇ ਵੀ ਬਾਬਾ ਜੀ ਤੁਸੀਂ 15 ਨੂੰ ਲਿਆ ਜੀ ਕਿਸਾਨਾਂ ਤੋਂ, ਅੱਜ ਤੁਸੀਂ ਸਾਨੂੰ 100 ਨੂੰ ਦਿੱਤੇ ਜਾਂ 20 ਨੂੰ ਵੇਚ ਲੈਣਗੇ ਜਾਣ ਤੋਂ ਜ਼ਿਆਦਾ, ਤੇ ਅਸੀਂ ਤਾਂ ਆਮ ਲੋਕਾਂ ਦੀ ਵੀ ਲੜਾਈ ਲੜ ਰਹੇ ਹਾਂ, ਦੇਸ਼ ਦੀ ਅਰਥ ਵਿਵਸਥਾ ਨੂੰ ਬਚਾਉਣ ਦੀ ਲੜਾਈ ਲੜ ਰਹੇ ਹਾਂ, ਦੇਸ਼ ਕੰਗਾਲ ਹੋਇਆ ਪਿਆ, ਤੇ ਪਰ ਬਾਬਾ ਜੀ ਅਸੀਂ ਚੜ੍ਹਦੀ ਕਲਾ ਕਰਦੇ ਹਾਂ ਕਿਉਂਕਿ ਨਾ ਜਦੋਂ ਵੀ ਨਾ ਕੋਈ ਕੌਮ ਰਾਜ ਵੱਲ ਵੱਧਦੀ ਹੈ, ਹੈ ਨਾ, ਤਾਂ ਉਹ ਕੌਮਾਂ ਨੂੰ ਦੇਖਿਆ ਜਾਂਦਾ, ਅਸੀਂ ਨਿਹੱਤੇ ਲੋਕ ਲੜ ਰਹੇ ਹਾਂ, ਕੀ ਪਤਾ ਅਸੀਂ ਇਸ ਕੱਲ ਨੂੰ ਸਾਰੇ ਦੇਸ਼ ਦੇ ਉੱਤੇ ਰਾਜ ਕਰੀਏ ਤੇ ਰਾਜ ਵੱਲ ਵੱਧ ਰਹੇ ਹਾਂ। ਇਸ ਤਰੀਕੇ ਦਾ ਅਹਿਸਾਸ, ਕਿਉਂਕਿ ਲੋਕ ਜਿਹੜੇ ਨੇ ਲਗਾਤਾਰ ਸੰਘਰਸ਼ ਵੀ ਕਰ ਰਹੇ ਨੇ, ਸੰਘਰਸ਼ ਵਿੱਢ ਰਹੇ ਨੇ, ਉੱਥੇ ਹੀ ਜਿਹੜਾ ਪਿਛਲੇ ਕਿਸਾਨੀ ਅੰਦੋਲਨ ਦੌਰਾਨ ਲਗਾਤਾਰ ਕਿਸਾਨੀ ਅੰਦੋਲਨ ਔਰ ਨਾਲ ਦੇ ਨਾਲ ਜੇਕਰ ਗੱਲ ਕਰੀਏ ਤਾਂ ਕੀ ਹਾਲਾਤ ਨੇ, ਕਿਉਂਕਿ ਜਿਸ ਤਰੀਕੇ ਦਾ ਅੰਦੋਲਨ ਹੈ ਤਾਂ ਅੰਦੋਲਨ ਦੇ ਵਿੱਚ ਜਿਹੜੇ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਇਕੱਤਰ ਹੁੰਦੇ ਨੇ, ਔਰ ਇਸ ਮੌਸਮ ਦੇ ਵਿੱਚ ਵੀ ਜੇਕਰ ਗੱਲ ਕਰੀਏ ਤਾਂ ਜਿੱਥੇ ਵੱਡੀ ਤਾਦਾਦ ਦੇ ਵਿੱਚ ਜਿਹੜੇ ਚੂਥ ਆਗੂ ਜਿਹੜੇ ਨੌਜਵਾਨ ਆਗੂ ਨੇ ਉਹ ਵੀ ਪਹੁੰਚਦੇ ਹੋਏ ਸੰਘਰਸ਼ ਨੂੰ ਲਗਾਤਾਰ ਅੱਗੇ ਵਧਾ ਰਿਹਾ। ਕੈਮਰਾ ਪਰਸਨ ਸੁਬੀਤ ਦੇ ਨਾਲ ਮਨਜੋਤ ਕੰਗ, ਦੈਨਿਕ ਸਵੇਰਾ ਟੀਵੀ, ਸ਼ੰਭੂ ਬੈਰੀਅਰ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਆਰ ਕੇ ਤਾਂਤਰਿਕ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ ਚਨਬਨ, ਵਿਦੇਸ਼ ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਚ ਸਮਾਧਾਨ। ਫ੍ਰੀ 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 ਆਰ ਕੇ ਤਾਂਤਰਿਕ, ਮੋਬਾਈਲ 9518855093, 7105984, ਪਤਾ ਪੰਜਾਬ।